ਵੀਰ ਜੀ ਮੇਰੀ ਸਾਹਮਣੇ ਟਰੈਵਲ ਹੈਗੀ ਆ, ਸਾਈਂ ਟਰੈਵਲ ਤੇ ਆ ਵੀਰ ਸਾਡੇ ਸਤਿਗੁਰੂ ਟਰੈਵਲ ਦੇ ਹੀ ਬੰਦੇ ਨੇ ਅਤੁਲ ਵੀਰ ਜੀ, ਤੇ ਇਹਨਾਂ ਨੇ ਨਾ ਨਿਕਲ ਰਹੇ ਕ੍ਰੋਸ ਕਰ ਰਹੇ ਸੀ, ਬੱਸਾਂ ਬੜੀਆਂ ਟੇਡੀਆਂ ਲੱਗਦੀਆਂ ਇੱਥੇ ਲਕਸ਼ਮੀ ਵਾਲਿਆਂ ਦੀਆਂ, ਇੰਟਰਸਿਟੀ ਦੀਆਂ ਤੇ ਆਪਣੀਆਂ ਹੋਰ ਆ ਕੇ ਇੱਥੇ ਗੱਡੀਆਂ ਟੇਡੀਆਂ ਲੱਗਦੀਆਂ ਮੌਕੇ ਤੇ, ਠੀਕ ਹੈ ਜੀ। ਤੇ ਆ ਗੱਡੀ ਕਵਰ ਕਰ ਰਹੇ ਤੇ ਪਿੱਛੋਂ ਸਵਿਫਟ ਆਈ ਬੜੀ ਤੇਜ਼, ਮੈਂ ਆਪਣੇ ਸੋਰੀ ਆਪਣੇ ਕਾਊਂਟਰ ਤੇ ਖੜਾ ਸੀ, ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ, ਬੰਦਾ ਉੱਡਿਆ ਇੱਕ ਉੱਡ ਕੇ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਇੱਕ ਟਾਈਮ ਤੇ ਬਾਕੀ ਵੀਰ ਮੇਰੇ ਜਿਹੜੇ ਵੀ ਹੈਗੇ ਆ ਅਤੁਲ ਵੀਰ ਜੀ, ਤੇ ਇਹਨਾਂ ਨੇ ਨਾ ਨਿਕਲ ਰਹੇ ਕ੍ਰੋਸ ਕਰ ਰਹੇ ਸੀ, ਬੱਸਾਂ ਬੜੀਆਂ ਟੇਡੀਆਂ ਲੱਗਦੀਆਂ ਇੱਥੇ ਲਕਸ਼ਮੀ ਵਾਲਿਆਂ ਦੀਆਂ, ਇੰਟਰਸਿਟੀ ਦੀਆਂ ਤੇ ਆਪਣੀਆਂ ਹੋਰ ਆ ਕੇ ਇੱਥੇ ਗੱਡੀਆਂ ਟੇਡੀਆਂ ਲੱਗਦੀਆਂ ਮੌਕੇ ਤੇ, ਠੀਕ ਹੈ ਜੀ। ਤੇ ਆ ਗੱਡੀ ਕਵਰ ਕਰ ਰਹੇ ਤੇ ਪਿੱਛੋਂ ਸਵਿਫਟ ਆਈ ਬੜੀ ਤੇਜ਼, ਮੈਂ ਆਪਣੇ ਸੋਰੀ ਆਪਣੇ ਕਾਊਂਟਰ ਤੇ ਖੜਾ ਸੀ, ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ, ਬੰਦਾ ਉੱਡਿਆ ਇੱਕ ਉੱਡ ਕੇ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਇੱਕ ਟਾਈਮ ਤੇ, ਆਪਾਂ ਉੱਥੋਂ ਭੱਜੇ ਆਏ ਹਾਂ ਦੋ ਜਣੇ, ਉਹ ਵੀਰ ਅੱਧਾ ਸ਼ੀਸ਼ਾ ਥੱਲੇ ਸੀ ਤੇ ਇੰਨੇ ਉਹ ਬੰਦਾ ਥੱਲੇ ਲੰਮੇ ਪਿਆ ਸਾਡਾ, ਇੰਨੇ ਨਹੀਂ ਵੇਖਿਆ ਕਿ ਬੰਦਾ ਥੱਲੇ ਆ ਜਾਂ ਨਹੀਂ ਹੈ, ਇੰਨੇ ਐਕਸੀਲੇਟਰ ਤੇ ਪੈਰ ਦਿੱਤਾ ਬਾਏ ਚਾਂਸ ਵੀਰ ਰੱਬ ਵੱਲੋਂ ਮੈਂ ਕੀ ਸੀ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੌਕ ਹੋ ਗਈ। ਆਪਾਂ ਤਾਂ ਚਾਬੀ ਫੜ ਕੇ ਆਪਣੇ ਬੰਦੇ ਨੂੰ ਵੇਖ ਲਿਆ ਕਿ ਘਾਬਰ ਗਏ ਕਿ ਬੰਦਾ ਉੱਠੇ ਉੱਡਦਾ ਹੀ ਨੀ ਪਿਆ ਸੀ ਮੌਕੇ ਤੇ, ਪਰ ਜੇ ਇਹ ਹਾਲ ਰਹੂਗਾ ਵੀਰ ਜੀ ਫਿਰ ਤੇ ਬੱਲੇ ਬੱਲੇ ਪੰਜਾਬ ਦੀ ਵੈਸੀ ਚੱਲ ਰਹੀ ਵੀਰ। ਬਈ ਮੇਰਾ ਨਾਮ ਜਸਕੀਰਤ ਸਿੰਘ ਆ, ਬਈ ਇੱਥੇ ਨਾ ਲਾਈਵ ਇੱਕ ਐਕਸੀਡੈਂਟ ਹੋਇਆ ਵਾ, ਸਵਿਫਟ ਕਾਰ ਇੱਥੇ ਲੱਗੀ ਆ ਪਿਛਾੜੀ, ਠੀਕ ਆ। ਇਹ ਵੀਰ ਹੁਣੀ ਨਾ ਆਹ ਇੱਕ ਬੰਦਾ ਵਿੱਚ ਵਹਿਆ ਵਾ, ਦੋ ਬੈਠੇ ਆ, ਠੀਕ ਆ। ਇਹ ਨਾ ਇੱਕ ਵੀਰੇ ਹੈਗਾ ਉੱਥੇ ਹੋਸਪਿਟਲ ਵੀਰ ਨੂੰ ਐਡਮਿਟ ਕਰਾਉਣ ਲੱਗੇ ਆ, ਉਹਦਾ ਐਕਸੀਡੈਂਟ ਕਰਕੇ ਨਾ ਇਹ ਵੀਰ ਭੱਜ ਲੱਗਾ ਸੀਗਾ ਇੱਥੋਂ, ਤੇ ਮੌਕੇ ਦੇ ਲੋਕਾਂ ਨੇ ਇਹਨੂੰ ਖਿਲਾਰਿਆ ਤੇ ਮੈਂ ਆ ਕੇ ਇਹਨੂੰ ਕ੍ਰਿਮੀਨਲ ਨੂੰ ਕੈਦ ਕਰਨਿਆ। ਹਾਂਜੀ ਮੈਂ ਬਾਈ ਇੰਨੀ ਗੱਲ ਆਖੀ, ਜੇ ਤੁਹਾਨੂੰ ਗੁੱਸਾ ਲੱਗਾ ਮੈਂ ਸੋਰੀ ਕਹਿੰਦਾ, ਮੈਂ ਬਾਈ ਇਹ ਗੱਲ ਆਖੀ ਸੀ ਉਸਤਾਦ ਗੱਲ ਸੁਣੋ, ਮੈਂ ਤੁਹਾਨੂੰ ਇਹ ਗੱਲ ਆਖੀ ਬਾਈ ਐਕਟਿਵ ਸੜਕ ਵਗਦੀ ਪਈ ਆ, ਠੀਕ ਹੈ, ਲੋਕਾਂ ਦਾ ਵੀ ਹੁਣ ਵੇਖ ਸਕਦੇ ਤੁਸੀਂ ਇਕੱਠ, ਮੈਂ ਤੁਹਾਨੂੰ ਇਹ ਚੀਜ਼ ਆਖਿਆ ਸੀਗਾ ਵੀ ਬਾਈ ਐਕਟਿਵਾ ਸਾਈਡ ਕਰ ਲਓ, ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ। ਮੈਂ ਬਾਈ ਤੇ ਕਰਕੇ ਆਖਿਆ ਸੀਗਾ, ਦੇਖ ਹੁਣ ਮੈਂ ਮੇਰੀ ਤਾਂ ਇਕੱਲੀ ਬਾਈਕ ਖਲੋਤੀ, ਠੀਕ ਹੈ, ਮੈਂ ਸਾਈਡ ਤੇ ਕਰਨੀ, ਹੁਣ ਪਿੱਛੋਂ ਯਾਰ ਇੰਨੇ ਵੱਲ ਲੋਕ ਆਉਂਦੇ ਆ, ਜਿੱਦਾਂ ਆਹ ਵੀਰੇ ਦਾ ਐਕਸੀਡੈਂਟ ਹੋਇਆ ਉਦਾਂ ਉਸਤਾਦ ਗੱਲ ਸੁਣ, ਗੱਡੀ ਦੇ ਵਿੱਚ ਘਰੇ ਲੱਗੀ, ਗੱਡੀ ਅਸੀਂ ਸਾਈਡ ਕਰਾਉਂਦੇ, ਮੈਂ ਤਦ ਕਰਕੇ ਤੈਨੂੰ ਆਖਣਿਆ ਵੀ ਬਾਈ ਕਾਰ ਥੋੜੀ ਸਾਈਡ ਕਰ ਲਓ ਪਲੀਜ਼, ਦੋ ਮਿੰਟ ਦੀ ਗੱਲ ਆ, ਠੀਕ ਹੈ, ਬਾਕੀ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈਗੀ, ਮੈਂ ਤੁਹਾਨੂੰ ਉਹ ਮੋਟੋ ਦੇ ਨਾਲ ਨਹੀਂ ਆਖਿਆ। ਹਾਂਜੀ ਮੈਂ ਤੁਹਾਨੂੰ ਸਿਰਫ ਇਹ ਕਰਕੇ ਆਖਣਿਆ ਇਹ ਪਿੱਛੋਂ ਸੜਕ ਵਗਦੀ ਆਉਂਦੀ ਆ, ਡਰਾਈਵਰ ਦਾ ਵੀਰ ਇੱਕ ਮਿੰਟ ਨਾਮ ਦਾ ਕਨਫਰਮ ਕਰੋ ਯਾਰ, ਨਾਮ ਤੁਹਾਡਾ ਦੱਸ ਦਿੰਦੇ ਹੋਣੇ ਬਾਈ, ਜਰਮਨਪ੍ਰੀਤ ਸਿੰਘ ਨਾਂ ਆ ਬਾਈ ਦਾ, ਅੰਮ੍ਰਿਤਸਰ ਦਾ ਰਹਿਣ ਵਾਲਾ ਨਾ, ਤਰਨ ਤਾਰਨ ਦਾ ਰਹਿਣ ਵਾਲਾ ਵੀਰੇ, ਇਹ ਲਾਈਵ ਆਪਣੀ ਕਾਰ ਲੈ ਕੇ ਆਉਂਦਾ ਸੀਗਾ, ਇਹ ਵੇਹ ਤੇ ਸਾਨੂੰ ਜਾਂਦਾ ਕਿਤੇ, ਠੀਕ ਹੈ, ਸਡਨ ਇੱਕ ਮਿੰਟ ਇਹਨੂੰ ਫਲੋਰ।
ਕਲਰ 12 12 ਬਾਈ 12 ਤੂੰ ਬਹਿ ਅੰਦਰ ਬਹਿ ਬਹਿ ਵੀਰ ਤੁਹਾਡੇ ਸਾਹਮਣੇ ਬਈ ਹੁਣ ਕੀ ਕਰਨਾ ਹੈ ਉਹ ਇੱਥੇ ਵੀਰ ਜੀ ਮੈਂ ਭਜਾਈ ਨੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਨਹੀਂ ਮੈਂ ਤੇ ਵੀਰ ਜੀ ਗੱਡੀ ਰੁਕ ਗਈ ਸੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਸ਼ੀਸ਼ਾ ਤੇ ਚਲੋ ਮਤਲਬ ਟੁੱਟ ਗਈ ਪਰ ਮੈਂ ਗੱਡੀ ਭਜਾਉਣ ਵਾਲਾ ਨੀ ਸੀ ਮੈਂ ਤੇ ਹਾਂਜੀ ਇੱਥੇ 5 ਮਾਲ ਮੰਡੀ ਹਾਂਜੀ ਕੀ ਆਪਣਾ ਬੈਡ ਨੰਬਰ ਹਾਂਜੀ ਬੈਡ ਨੰਬਰ ਕੀ ਆਪਣਾ ਨਾਮ 603 603 ਜਰਮਨਪ੍ਰੀਤ ਸਿੰਘ